ਸ਼ਾਸਕਲ ਦੋਸਤੋ ਹੁਣ ਮੈਨੂੰ ਸਮਝ ਨਹੀਂ ਆndi ਇਹੋ ਜਿਹੀ ਸਮਝਦਾਰ ਕੌਮ ਦੇ ਉੱਤੇ ਮੈਂ ਹੱਸਾਂ ਕਿ ਰੋਵਾਂ ਡਰੱਗ ਦਾ ਮੁੱਦਾ ਜਾਣਨਾ ਚਾਹੁੰਦੇ ਹੋ ਕੈਨੇਡਾ ਬਾਰੇ ਤਜਰਬਾ ਸਾਂਝਾ ਕਰੂੰਗਾ ਡਰੱਗ ਦੇ ਮੁੱਦੇ ਤੇ ਕੁਝ ਇੰਡਸਟਰੀਆਂ ਐਸੀਆਂ ਆ ਪਰ ਮੈਂ ਸਿਰਫ ਕੰਸਟਰਕਸ਼ਨ ਤੋਂ ਸ਼ੁਰੂ ਕਰਦਾ ਆ ਬਾਕੀ ਹੋਰ ਹੈਗੀਆਂ ਨੇ ਤੁਸੀਂ ਆਪੇ ਸਮਝ ਲੈਣਾ ਤੁਸੀਂ ਕੰਮ ਕਰਦੇ ਹੋ ਕਿਸੇ ਲਈ ਝੋਟ ਵਾਂਗੂ ਅਗਲਾ ਤੁਹਾਡੇ ਲਈ ਚਾਹ ਜਾਂ ਕੌਫੀ ਲਿਆਂਦਾ ਆ ਤੁਸੀਂ ਮੰਨਣਾ ਨਹੀਂ ਕਰਨਾ ਚਾਹੁੰਦੇ ਵਿੱਚ ਚਲੋ ਮੰਨਾਂ ਕਰਕੇ ਵੀ ਬੰਦਾ ਨਾਵਾਚੀ ਤੇ ਨੈਗੇਟਿਵ ਹੋ ਜਾਂਦਾ ਤੁਸੀਂ ਗੁੱਡ ਫੇਸ ਤੇ ਉਹ ਚਾਹ ਜਾਂ ਕੌਫੀ ਪੀਂਦੇ ਹੋ ਉਹ ਤੁਹਾਨੂੰ ਡਰੱਗ ਪਲਾਂਦਾ ਉਹਦੇ ਵਿੱਚ ਕਿ ਤੁਸੀਂ ਕੰਮ ਜ਼ਿਆਦਾ ਕਰਕੇ ਦਿਓ ਥੱਕੋ ਨਾ ਸਾਲ ਬਾਅਦ ਤੁਸੀਂ ਨੌਕਰੀ ਛੱਡਦੇ ਹੋ ਬਿਮਾਰ ਹੋ ਜਾਂਦੇ ਹੋ ਤੁਹਾਨੂੰ ਨਹੀਂ ਪਤਾ ਤੁਸੀਂ ਇੱਕ ਸਾਲ ਡਰੱਗ ਖਾਂਦੇ ਰਹੇ ਤੁਸੀਂ ਡਿਗ ਪਿੰਦੇ ਹੋ ਤੇ ਡਾਕਟਰ ਕੋਲ ਜਾਂਦੇ ਹੋ ਡਾਕਟਰ ਮੁਸਕਰਾਉਂਦਾ ਹੈ ਉਹ ਵੀ ਦੱਸਦਾ ਨਹੀਂ ਕਿ ਤੁਹਾਨੂੰ ਅਨੋਇੰਗ ਲਈ ਤੁਹਾਡੀ ਨੌਲੇਜ ਤੋਂ ਬਿਨਾ ਤੁਹਾਨੂੰ ਡਰਗ ਦਿੱਤੀ ਗਈ ਆ ਉਹ 19 ਕਨਸੈਂਟ੍ਰੇਸ਼ਨ ਦੇ ਹਿਸਾਬ ਨਾਲ ਪ੍ਰੈਸਕ੍ਰਿਪਸ਼ਨ ਲਿਖ ਦਿੰਦਾ ਤੁਹਾਨੂੰ ਫਿਰ ਪਤਾ ਨਹੀਂ ਲੱਗਦਾ ਤੁਸੀਂ ਸਾਲ 2 ਸਾਲ ਸੋਚਦੇ ਹੋ ਜਦੋਂ ਹਫਤੇਕ ਬਾਅਦ ਦਵਾਈ ਲੈਣ ਤੋਂ ਬਾਅਦ ਕਨਸੈਂਟ੍ਰੇਸ਼ਨ ਤੁਹਾਡੇ ਬਲੱਡ 'ਚ ਠੀਕ ਹੁੰਦੀ ਤੁਸੀਂ ਸਮਝਦੇ ਹੋ ਆਰਾਮ ਆ ਰਿਹਾ ਨਹੀਂ ਆਰਾਮ ਨਹੀਂ ਆ ਰਿਹਾ ਤੁਸੀਂ ਉਮਰ ਭਰਲੇ ਰੋਗੇ ਹੋ ਰਹੇ ਹੋ ਜਦੋਂ ਤੱਕ ਮੇਰੇ ਵਾਂਗੂ ਤੁਸੀਂ ਇੱਕ ਨੌਲੇਜ ਨਾ ਕਰ ਲਓ ਕਿ ਮੈਡੀਸਨ ਨਹੀਂ ਇਹ ਵੀ ਡਰਗ ਹੈ ਔਰ ਉਹਨੂੰ ਟੈਪਰ ਡਾਊਨ ਕਰਕੇ ਬੜੇ ਬੜੇ ਗੁੰਝਲਦਾਰ ਪਲਾਨ ਦੇ ਨਾਲ ਹੌਲੀ ਹੌਲੀ ਟੈਪਰ ਡਾਊਨ ਕਰਕੇ ਉਸ ਦਵਾਈ ਤੋਂ ਛੁਟਕਾਰਾ ਨਹੀਂ ਪਾ ਲੰਦੇ ਤੁਸੀਂ ਉਦੋਂ ਤੱਕ ਡਰੱਗ ਤੇ ਹੋ ਭਾਵੇਂ ਰਿਟਨ ਹੈ ਪ੍ਰਸਕ੍ਰਾਈਬਡ ਹੈ ਮੈਡੀਸਨ ਦੇ ਨਾਂ ਤੇ ਦਿੱਤੀ ਗਈ ਆ ਜਾਂ ਜਿਹੜੇ ਮਰਜ਼ੀ ਨਾਂ ਤੇ ਦਿੱਤੀ ਗਈ ਆ ਤੁਸੀਂ ਡਰੱਗ ਤੇ ਹੋ ਐਜ਼ ਲੋਂਗ ਐਜ਼ ਤੁਸੀਂ ਦਵਾਈਆਂ ਖਾਂਦੇ ਹੋ ਕਲੀਅਰ ਕਰ ਲਓ ਇਹ ਅੱਜ ਕੱਲ ਜਿਹੜਾ ਡਾਕਟਰੀ ਦਾ ਜਿਹੜਾ ਧੰਦਾ ਹੈ ਨਾ ਇਹ ਸ਼ੈਤਾਨ ਦੇ ਹੱਥਾਂ ਵਿੱਚ ਐ ਸ਼ੈਤਾਨ ਦੇ ਹੱਥਾਂ 'ਚ ਡਾਕਟਰ ਭਾਵੇਂ ਸੋਹ ਇਮਾਨਦਾਰ ਹੋਣਾ ਚਾਹੇ ਉਹਨੂੰ ਨੌਕਰੀ ਨਹੀਂ ਮਿਲ ਸਕਦੀ ਉਹ ਨੌਕਰੀ ਤੇ ਨਹੀਂ ਟਿਕਿਆ ਰਹਿ ਸਕਦਾ ਇਹ ਸਿਸਟਮ ਆ ਰਿਹਾ ਗਾਂਧੀ ਜਵਾਨੀ ਨੂੰ ਸਿਸਟਮ ਆ ਰਿਹਾ ਸਿਸਟਮ ਇਸ ਗੱਲ ਨੂੰ ਸਮਝ ਲਓ ਜੇ ਨਹੀਂ ਛਤੀ ਸਮਝ ਸਕਦੇ ਆ ਡਰੱਗ ਜੇ ਕੋਈ ਮਰਜ਼ੀ ਨਾ ਕਰੇ ਨਾ ਫੇਰ ਮੈਂ ਕਹਿ ਸਕਦਾ ਬਈ ਹਾਂ ਅਗਲੇ ਨੇ ਚੁਆਇਸ ਨਾ ਕੀਤੀ ਆ ਜੇ 1 ਸਾਲ ਤੁਸੀਂ ਬੰਦੇ ਨੂੰ ਚਾਹ ਦੇ ਵਿੱਚ ਡਰੱਗ ਪੁਲਾ ਰਹੇ ਹੋ ਜਿਹਨੂੰ ਪਤਾ ਵੀ ਨਹੀਂ ਆ ਤੋਖਾ ਹੈ ਤੋਖਾ ਫਿਰ ਤੁਸੀਂ ਕਹਿੰਦੇ ਹੋ ਕਿ ਜੀ ਉਹਨਾਂ ਤੇ ਰਹਿਮ ਵੀ ਨਹੀਂ ਕਰਨਾ ਚਾਹੀਦਾ ਤੁਹਾਨੂੰ ਆਪਣੀ ਸਮਝ ਕੋਈ ਨਹੀਂ ਜਿਹੜੀ ਚੀਜ਼ ਤੁਸੀਂ ਐਕਸਪੀਰੀਅੰਸ ਨਹੀਂ ਕੀਤੀ ਤੁਸੀਂ ਉਹਦੇ ਬਾਰੇ ਬੋਲ ਰਹੇ ਹੋ ਤੁਹਾਨੂੰ ਕੋਈ ਆਈਡੀਆ ਹੀ ਨਹੀਂ ਹੈ ਸੋ ਸਮਝ ਲਓ ਏਡੀ ਸਮਝਦਾਰ ਕਮ ਹੈ ਸਮਝ ਲਓ ਹਜੇ ਵੀ ਤੁਸੀਂ ਇਹ ਤੁਹਾਡੀ ਸਮਝਦਾਰੀ ਕਰਕੇ ਪੰਜਾਬ ਜੜਿਆ ਹੈਗਾ